ਵਕਾਰ ਜੀ ਉਹਨਾਂ ਸਲਾਮ ਦੇ ਰਹੇ ਤੁਹਾਨੂੰ। ਤਨਵੀਰ ਰਾਜਪੂਤ ਸ਼ੁਕਰੀਆ ਜੀ। ਅਤੀਕ ਰਹਿਮਾਨ ਪੰਸਰ ਵਾਲੀ ਹਾਏ ਜੀ। ਉਹ ਨਾ ਅਬਲਾਲ ਅੰਦਲੀਮ ਨੇ ਅੱਗੂ ਪਤਾ ਕੀ ਕਿਹਾ, ਉਹ ਜਿਹੜਾ ਕਹਿੰਦਾ ਹੁੰਦਾ ਮੈਂ ਨਾਂ ਨਹੀਂ ਲੈਂਦਾ ਜਿਹਨੂੰ ਜਿਹਨੂੰ ਨਾਟ ਫਾਰ ਸੇਲ ਬਰੋ ਅਨਸਾਰ ਵਾਲੀ ਵੈਲਕਮ ਜੀ। ਅੰਦਲੀਪ ਨੂੰ ਆਪ ਹੀ ਕਹਿ ਦਿਓ ਜੀ, ਸਮਝ ਗਏ ਅਗਲੀ ਗੱਲ। ਇਹ ਅੰਦਲੀਪ ਲਈ ਮੈਸੇਜ ਜੀ। ਅੱਛਾ ਜੀ, ਪੈਰ ਵਿਖਾਉਣ ਲੱਗੇ ਜੀ। ਇਹ ਜੀ ਉਹ ਹਾਰ, ਮੈਂ ਤੁਹਾਨੂੰ ਮੁਰਗਾ ਵਿਖਾਉਣਾ ਜੀ। ਇੱਧਰ ਹੁਣ ਤਿਆਰੀ ਲਾਇਆ ਜੀ, ਬਚੇਲ ਹੈ ਜੀ, ਤਿਆਰੀ ਲਾਇਆ ਜੀ। ਮੁਰਗੇ ਦਾ ਵੀ ਸ਼ੌਕ ਕਰ ਲਓ ਜੀ। ਕੀ ਨਾਂ ਜੀ ਆਪਣਾ ਜੀ? ਦੀਵਾਨ ਗੁਲਾਮ। ਹਾਂ, ਦੀਵਾਨ ਗੁਲਾਮ ਫਰੀਦ ਭਾਈ, ਉਹਨਾਂ ਦਾ ਤੁਹਾਡਾ ਮੁਰਗਾ ਜੀ? ਇਹ ਮੁਰਗਾ ਤੁਹਾਡਾ ਜੀ? ਇਹਨਾਂ ਦੇ ਮੁਰਗੇ ਦਾ ਵੀ ਸ਼ੌਕ ਕਰੋ ਜੀ। ਵੈਰੀ ਗੁੱਡ ਜੀ, ਮਾਸ਼ਾਅੱਲਾ ਜੀ। ਕਬੂਤਰਾਂ ਦੇ ਨਾਲ ਅਸੀਂ ਕਿਹਾ ਜੀ ਕਿ ਲਾਈਵ ਚੱਲ ਰਹੀਆਂ ਜੀ ਫੇਸਬੁੱਕ। ਨਹੀਂ ਜੀ, ਮੇਰਾ ਨਹੀਂ ਮੁਰਗਾ ਜੀ, ਮੈਨੂੰ ਬਚਾਓ। ਇਹ ਜੀ ਇਹ ਪੀਰ ਆਲਮ ਸ਼ੇਰ ਦਾ ਮੁਰਗਾ, ਇਹ ਪੀਰ ਆਲਮ ਸ਼ੇਰ ਭਾਈ ਦਾ ਮੁਰਗਾ ਜੀ। ਸ਼ੁਕਰੀਆ ਅਮਰ ਭਾਈ, ਅਮਰ ਅਬਾਸ ਭਾਈ। ਤਨਵੀਰ ਰਾਜਪੂਤ ਸਾਹਿਬ, ਤੁਸੀਂ ਭਾਈ ਜਿੱਤੇ, ਅਸੀਂ ਹੁਣੇ ਕਹਿ ਦੇਣਾ ਤੁਸੀਂ ਜਿੱਤੇ ਭਾਈ। ਸ਼ੁਕਰੀਆ ਭਾਈ ਜਾਨ। ਅੰਸਰ ਅਲੀ, ਆਤਫ ਚੌਧਰੀ, ਅੰਸਰ ਅਲੀ, ਸ਼ੁਕਰੀਆ ਜੀ। ਇਹਦੀ ਪਕਵਾਓ ਜੀ ਸ਼ੋਪ ਨਾਲ ਦਾ ਸਹੀ ਕਰੇ ਵੀ ਕੌਣ ਕਰੇਂਦਾ ਪਿਆ ਜੀ? ਇਹ ਜੀ ਸ਼ੋਅ ਕਰਵਾ ਰਹੇ ਨੇ ਜੀ ਪੀਰ ਆਫਤਾਬ ਸਾਹਿਬ। ਇਹਦਾ ਕਿਹੜਾ ਜੀ ਕਬੂਤਰ ਜੀ, ਇਹਦੀ ਹਿਸਟਰੀ ਵੀ ਦੱਸੋ ਜੀ। ਇਹ ਤਾਰਫ ਦੇ ਮੁਤਾਜ ਨਹੀਂ ਹੈ ਜੀ, ਦੱਸੋ ਨਾ ਜੀ। ਮਹਿਲਾ ਜੀ, ਮਹਿਲਾ। ਉਹ ਆਉਂਦੇ ਨੇ ਬਈ ਜੀ ਕਿ ਬੇਮਿਸਾਲ ਦਾ ਵੀ ਸ਼ੋਅ ਕਰਵਾਓ ਬਰੀਡ ਦਾ। ਬੇਮਿਸਾਲ ਦਾ ਸਿਰੂ ਹੈ ਉਸਮਾਨ ਜੱਟ ਵੈਲ। ਹਾਂ, ਬੇਮਿਸਾਲ ਇਹਨਾਂ ਵਿੱਚ ਵੀ ਪੈਦਾ ਹੋਈ ਜੀ। ਹਾਂਜੀ, ਇਹਨਾਂ ਦੀ ਪੈਦਾ ਹੋਈ ਹੈ ਬੇਮਿਸਾਲ। ਉਹ ਮਹਿਲੇ ਦੀ ਪੱਠੀ ਦੀ ਪੱਠੀ ਬੇਮਿਸਾਲ। ਬੰਦਾ ਕਹਿ ਰਿਹਾ ਵਿੱਚ, ਪਤਾ ਨੀ ਕੀ ਨਾਂ ਹੈ ਉਹਦਾ ਯਾਰ ਮੁੰਡੇ ਦਾ, ਤਨਵੀਰ ਰਾਜਪੂਤ ਭਾਈ ਜੀ ਸਾਡੇ ਨਾਲ ਬਾਜ਼ੀ ਲਾਓ। ਮਹਿਦ ਭਾਈ ਜਿੱਤਿਆ, ਬਗੈਰ ਬਾਜ਼ੀ ਤੂੰ ਵੀਰ ਜਿੱਤਿਆ ਭਾਈ। ਹਾਂਜੀ ਹਾਂਜੀ, ਖੈਰ ਕੋਈ ਗੱਲ, ਮਹਿ ਭਾਈ ਤੂੰ ਜਿੱਤਿਆ ਭਾਈ। ਗਲਤ ਕੰਮ ਨਹੀਂ ਕੀਤਾ ਉਹ, ਵੈਸੇ ਤੇਰਾ ਮਜ਼ਾਕ ਲੱਗਿਆ, ਚਿੱਲ ਹੋ ਰਿਹਾ ਭਾਈ। ਇਹ ਬੂਰੇ ਵਾਲਾ ਜੀ, ਬੂਰੇ ਵਾਲਾ ਜੀ। ਨਹੀਂ ਭਾਈ, ਸਾਰੇ ਜਿਹੜੇ ਨੇ ਨਾ ਲੋਹ ਫਲਾਇਰ ਨੇ ਜੀ। ਇਹ ਮੁਰਗਾ ਜੀ, ਇਹ ਵੀ ਵੇਖ ਲਿਓ ਜੀ, ਨਾਂ ਦੱਸਿਓ ਜੀ ਆਪਣਾ ਜੀ। ਪੀਰ ਹਾਰਿਸ, ਬਲਵਿੰਦਰ ਸਿੰਘ ਫਰਾਮ ਪੰਜਾਬ, ਸ਼ੁਕਰੀਆ ਜੀ। ਹਾਂਜੀ, ਵਕਾਰ ਯੂਨਸ ਭਾਈ ਹੈ, ਬੋਸ ਦਾ ਦਰਸ਼ਨ ਕਰੋ ਜੀ ਬੋਸ ਦਾ। ਤੁਸੀਂ ਬੋਸ ਇੱਧਰ ਚਿਹਰਾ ਕਰ ਜੀ, ਵਕਾਰ ਯੂਨਸ ਭਾਈ ਕਹੇ ਬੋਸ ਵੀ ਨਾਲ। ਮੈਂ ਜੀ ਬੋਸ ਤੋਂ ਬਗੈਰ ਅਸੀਂ ਜਾ ਸਕਦੇ ਹਾਂ ਕਿਧਰੇ? ਅਮਰ ਅਬਾਸ ਸ਼ੁਕਰੀਆ ਭਾਈ, ਅਲਹਮਦੁਲਿਲਾ। ਸਮਾਨ ਭਾਈ ਸ਼ੁਕਰ ਰੱਬ ਜ਼ਿਆਦਾ, ਤੁਸੀਂ ਸੁਣਾਓ ਜੀ। ਬਿਲਕੁਲ ਜੀ, ਆਪਣਾ ਅਰਫਾਨ ਮਨੀਰ, ਇਹ ਬੇਮਿਸਾਲ ਦਾ ਮਾਮਾ ਜੀ ਭਾਈ ਇਰਫਾਨ ਜੀ। ਜੀ ਜੀ ਬਿਲਕੁਲ ਜੀ, ਅਹਿਮਦ ਖਟਕ ਸ਼ੁਕਰੀਆ ਜੀ। ਪੰਜਾਬ ਬੂਰੇ ਵਾਲਾ ਜੀ, ਮਹਿਰ ਕਬੂਤਰ ਕਾਬ ਸ਼ੁਕਰੀਆ ਜੀ। ਅਨਸਰ ਅਲੀ ਹਾਏ, ਹਾਂਜੀ ਜੀ ਹੈ ਨੀ ਜੀ ਕਿ ਮੁਕੰਮਲ ਹੋ ਗਏ ਜੀ, ਮੁਕੰਮਲ ਹੋ ਗਏ ਜੀ। ਪੀਰ ਹਾਰਿਸ,
ਬਿਲਾਲ ਇਕਬਾਲ ਸਿਆਲਕੋਟ, ਬੋਸ ਰਮੀਜ਼ ਭੱਟੀ, ਖਾਲਦ ਜੱਟ 303 ਈਵੀ 319 ਈਵੀ ਸੋਰੀ ਜੀ, ਮੁਹੰਮਦ ਸ਼ਵਾਕ ਭੱਟੀ 329 ਈਵੀ, ਪੀਰ ਆਫਤਾਬ ਦੀਵਾਨ ਗੱਦੀ ਨਸ਼ੀਨ ਆਫ ਬਾਬਾ ਹਾਜੀ ਸ਼ੇਰ, ਪੀਰ ਆਲਮ ਸ਼ੇਰ ਭਾਈ ਗੱਦੀ ਨਸ਼ੀਨ ਆਫ ਬਾਬਾ ਹਾਜੀ ਸ਼ੇਰ ਭਾਈ, ਇਹਨਾਂ ਦਾ ਨਾਮ ਮੈਨੂੰ ਫਿਰ ਭੁੱਲ ਗਿਆ, ਪੀਰ ਗੁਲਾਮ ਫਰੀਦ ਸਾਜਦ ਤਹਿਰੀਕੇ ਲੱਭੈਕ ਦੀ ਤਰਫ ਹੋਇਆ, ਮੈਂ ਇੰਨੇ ਖੜੇ ਹੋਏ ਸਨ। ਹਾਂਜੀ, ਇਹ ਨੇ ਜੀ ਪੀਰ ਗੁਲਾਮ ਫਰੀਦ ਸਾਜਦ ਸਾਹਿਬ, ਜਿਹੜੇ ਤਹਿਰੀਕੇ ਲੱਭੈਕ ਦੀ ਤਰਫੋਂ NA 163 ਸੀ, NA 162 ਦੇ ਵਿੱਚ MNA ਦੀ ਸੀਟ 'ਤੇ ਖੜੇ ਹੋਏ ਸਨ ਜੀ। ਹਾਂਜੀ ਜੀ, ਸ਼ੁਕਰੀਆ ਜੀ, ਥੈਂਕ ਯੂ, ਹਾਸੋ ਬਰੋ। ਬਾਕੀ ਜੀ ਹੁਣ ਇਨਸ਼ਾਅੱਲਾ ਤੁਹਾਨੂੰ ਸ਼ੁਕਰੀਆ ਜੀ, ਬਹੁਤ ਸ਼ੁਕਰੀਆ ਜੀ ਮੁਹੰਮਦ ਆਸੋ ਭਾਈ, ਵੈਲਕਮ। ਆਹ ਮੁਰਗਾ ਉਹਨਾਂ ਲੈ ਕੇ ਆਇਓ ਜੀ ਜ਼ਰਾ ਇੱਥੇ ਇੱਕ ਵਾਰੀ, ਮੁਰਗਾ ਵੀ ਇੱਥੇ ਲੈ ਕੇ ਆਓ, ਮੁਰਗੇ ਦਾ ਵੀ ਸ਼ੌਕ ਕਰਵਾਓ ਇੱਥੇ ਜੀ ਜ਼ਰਾ ਤਸੱਲੀ ਨਾਲ, ਅਤੇ ਬਾਕੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਆਪਣਾ ਸ਼ੌਕ ਵੀ ਕਰਾ ਦਿੰਦਾ ਜੀ। ਹਾਂਜੀ, ਉਮਰ ਫਰੂਕ ਸਲੈਰੀਆ, ਲਾਲ ਹਵੇਲੀ ਕਲੱਬ ਜੀ, ਸਾਡਾ ਮਕਸਦ ਹੈ ਜੀ ਕਬੂਤਰ ਪਰਵਰੀ, ਸ਼ੌਕ ਅੱਛਾ ਹੋਣਾ ਚਾਹੀਦਾ, ਪਿਆਰ ਨਾਲ ਹੋਣਾ ਚਾਹੀਦਾ ਜੀ, ਤਸੱਲੀ ਨਾਲ ਹੋਣਾ ਚਾਹੀਦਾ ਜੀ, ਅਤੇ ਸਾਥੀਆਂ ਦੇ ਨਾਲ ਹੀ ਸ਼ੌਕ ਹੁੰਦਾ ਜੀ। ਗਰਮੀਆਂ ਜਿਹੜੀ ਬਾਦੀਆਂ 2-3 ਹੁੰਦੇ ਨੇ, 2 ਮਹੀਨੇ ਹੁੰਦੇ ਨੇ, 3 ਹੁੰਦੇ ਨੇ ਜੀ, ਬਾਕੀ ਜਿਹੜਾ ਬਾਕੀ ਟਾਈਮ ਨੇ ਸਕੂਨ ਨਾਲ ਗੁਜ਼ਰਨਾ ਚਾਹੀਦਾ, ਯਾਰਾਂ ਦੋਸਤਾਂ ਨਾਲ ਅੱਛਾ ਗੁਜ਼ਰਨਾ ਚਾਹੀਦਾ ਜੀ, ਅਤੇ ਇਨਸ਼ਾਅੱਲਾ ਹੁਣ ਜਿਹੜੇ ਦਿਨ ਕੋਈ ਛੁੱਟੀ 'ਤੇ ਰਹਿ ਗਏ ਨਾ, ਵਾਪਸ ਜਾਣ 'ਤੇ ਦੁਬਈ ਦੇ ਸ਼ੌਕ ਹੀ ਕਰਵਾਉਂਦੇ ਹਾਂ ਤੁਹਾਨੂੰ, ਹੋਰ ਵੀ ਸਾਥੀ ਨੇ ਜਿਹਨਾਂ ਦਾ ਸ਼ੌਕ ਕਰਵਾਉਂਦੇ ਹਾਂ ਜੀ। ਸੁਮਾਨ ਜੱਟ ਭਾਈ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਮੁਰਗਾ ਕਿਹਾ ਸੀ ਯਾਰ, ਮੁਰਗੇ ਦਾ ਸ਼ੌਕ ਕਰਾਇਓ ਯਾਰ, ਬਾਈ ਅਸੀਂ ਤਾਂ ਫੜ ਕੇ ਸ਼ੌਕ ਕਰਾਵੀ ਨਾ ਬੜਿਆ, ਮੌਜ ਪਿਆਰੇ ਦਾ। ਹਾਂਜੀ ਸ਼ੁਕਰੀਆ ਜੀ, ਹੁਣ ਬਸ ਨਾ 1-2 ਦਿਨ ਤੱਕ ਇਨਸ਼ਾਅੱਲਾ ਤੁਹਾਨੂੰ ਲਾਲ ਹਵੇਲੀ ਗੁਲਾਬ ਦੇ ਆਪਣੇ ਕਬੂਤਰ ਜਿਹੜੇ ਨੇ ਇਹ ਵੀ ਆਪਣੇ ਨੇ ਜੀ, ਲਾਲ ਹਵੇਲੀ ਵਾਲੇ ਕਬੂਤਰਾਂ ਦਾ ਵੀ ਸ਼ੌਕ ਕਰਵਾਉਂਦੇ ਹਾਂ ਜੀ। ਇਹ ਬਰੀਡਰ ਹੈ ਜੀ ਮੁਰਗਾ, ਬਰੀਡਰ ਹੈ ਕਿ ਤਿਆਰੀ ਲੱਗਾ, ਮੁਰਦਾ ਵੇ ਕੰਮ ਦੱਕੀ ਖੇਡਦਾ, ਬਦਾਮ ਖਾਈ ਜਾਂਦਾ, ਉਦੋਂ ਕੱਢੀ ਜਾਂਦਾ, ਮਾਸ਼ਾਅੱਲਾ ਜੀ। ਪਹਿਲਾਂ ਕਿਹਾ ਗਿਆ ਸੀ ਜੀ ਸਾਨੂੰ ਮੁਰਗਾ MNA ਉਮੀਦਵਾਰ ਜਿਹੜੇ ਉਹਨਾਂ ਦਾ, ਲੇਕਿਨ ਉਹਨਾਂ ਕਿਹਾ ਜੀ ਅਸਾਸੇ ਜ਼ਾਹਰ ਹੋ ਜਾਣੇ ਨੇ, ਅਤੇ ਇਸਦਾ ਬਿਹਤਰ ਹੈ ਕਿ ਇਹਨਾਂ ਅਸਾਸਿਆਂ ਦੇ ਵਿੱਚ ਜ਼ਮਾਨਤ ਜ਼ਬਤ ਹੋ ਜਾਏ, ਅਤੇ ਆਖੋ ਮੁਰਗਾ ਸਾਡਾ ਹੈ ਹੀ ਨਹੀਂ ਜੀ। ਹਾਂਜੀ, ਕਿਉਂਕਿ ਅਸਾਸਿਆਂ 'ਚ ਪਹਿਲਾਂ ਜ਼ਾਹਰ ਨਹੀਂ ਸੀ ਕੀਤਾ ਗਿਆ ਮੁਰਗਾ ਜੀ, ਭਾਅ ਜੀ ਹੁਣ ਤਬਦੀਲੀ ਦਾ ਸਾਲ ਇਹਨਾਂ ਹੋਇਆ, ਅਸਾਸੇ ਇੱਧਰ ਵੀ ਅਤੇ ਇੱਧਰ ਵੀ ਜ਼ਮਾਨਤ ਜ਼ਬਤ ਹੋ ਜਾਏ ਜੀ, ਕੀ ਪਤਾ ਲੱਗਦਾ ਜੀ। ਇਖਤਸ਼ਾਮ ਵੱਟੂ ਜੀ, ਇਨਸ਼ਾਅੱਲਾ ਜੀ ਟਾਈਮ ਮਿਲਿਆ ਤਾਂ ਜ਼ਰੂਰ ਭਾਈ, ਸ਼ੁਕਰੀਆ। ਜਿੱਦੀ ਰਾਜਪੂਤ, ਵਾਲੇਕੁਮ ਸਲਾਮ ਰਾਜਾ ਜਾਂਗੇ ਜਾਂ ਜ਼ੇਬ ਭਾਈ, ਬਹੁਤ ਸ਼ੁਕਰੀਆ ਜੀ, ਵਾਲੇਕੁਮ ਸਲਾਮ ਜੀ। ਅਤੇ ਬਾਕੀ ਜੀ ਮੇਰੇ ਵੱਡੇ ਸ਼ੌਕ ਕਰਦੇ ਨੇ ਅਫਤਾਬ ਅਤੇ ਆਲਮ ਸ਼ੇਰ, ਭਾਈ ਹਨ ਜੀ, ਬਿਲਕੁਲ ਜੀ, ਸ਼ੌਕ ਕਰਦੇ ਅਤੇ ਫਿਰ ਸਾਡੇ ਹੀ ਸ਼ੌਕ। ਕਰਮ ਵਾਲੀ ਜੀ ਤੁਹਾਡੇ ਭਰਾ ਨੇ ਸਾਡੇ ਲਾਲ ਹਵੇਲੀ ਅਤੇ ਗੱਦੀ ਨਸ਼ੀਨ ਨੇ ਜੀ, ਪੀਰ ਆਫਤਾਬ ਦੀਵਾਨ। ਅਤੇ ਬਾਕੀ ਠੀਕ ਹੈ ਜੀ ਭਾਈ, ਉਹ ਹੁਣ ਇਨਸ਼ਾਅੱਲਾ ਤੁਹਾਨੂੰ ਫਿਰ ਕਿਸੇ ਦਿਨ ਸ਼ੌਕ ਕਰਵਾਉਂਦੇ ਹਾਂ ਜੀ, ਕੀ ਕਹਿਣਾ ਜੀ, ਕਿਹੜਾ ਜੀ ਸ਼ੱਕ, ਉਹ ਮੈਂ ਨਾ ਲਾਈਵ ਦੇ ਵਿੱਚ ਹੀ ਮੰਗ ਮੰਗ ਲਵੋ, ਤਾਂ ਸਬੂਤ ਹੋਏਗਾ ਕਬੂਤਰ ਮੰਗਿਆ ਸੀ, ਉਹ ਤਾਂ ਆਪਣਾ ਘਰ ਹੀ ਹੈ, ਕੋਈ ਗੱਲ ਨਹੀਂ। ਦਰਅਸਲ ਪੀਰ ਸਾਹਿਬ ਨੂੰ ਜਲਦੀ ਇਹਨਾਂ ਦੇ 2 ਬੱਚੇ ਉੱਡ ਰਹੇ ਨੇ ਜੀ ਨਵੇਂ, ਅਤੇ ਇੱਕ ਛੱਤਰੀ ਤੇ ਬਹਿੰਦੇ, ਇੱਕ ਵਿਹੜੇ ਪੈਂਦਾ, ਉਹਨਾਂ ਨੂੰ ਪਤਾ ਹੈ ਨਾ ਵਿਹੜੇ ਬਹਿ ਗਿਆ ਨਾ ਅਤੇ ਬਿੱਲੀ ਖਾ ਜਾ ਜੀ। ਹਾਂਜੀ, ਨੋ ਪ੍ਰੋਬਲਮ ਬ੍ਰਦਰ, ਓਨਲੀ ਸਿਰਫ ਨਾ ਤੁਸੀਂ ਮੈਸੇਜ ਕਰ ਦਿਓ ਮਸੈਂਜਰ 'ਤੇ, ਠੀਕ ਹੈ ਜੀ, ਪਤਾ ਚੱਲ ਜਾਏਗਾ, ਨੰਬਰ ਮਿਲ ਜਾਏਗਾ, ਕੋਈ ਬਾਤ ਨਹੀਂ ਅੰਡਿਆਂ ਦੀ ਜੀ, ਖੁਸ਼ੀ ਹੋਏਗੀ ਜੀ ਸਾਨੂੰ ਵੀ। ਇਮਰਾਨ ਜੱਟ ਆਇਆ ਜੀ, ਹਵੇਲੀ ਵਾਲਾ ਜੱਟ, ਠੀਕ ਹੈ ਜੀ, ਸਭ ਭਰਾਵਾਂ ਨੂੰ ਸਾਡੀ ਤਰਫੋਂ ਸਲਾਮ ਵਾਲੇਕੁਮ ਜੀ, ਸਾਰਿਆਂ ਭਰਾਵਾਂ ਨੂੰ ਰੱਬ ਖੁਸ਼ ਰੱਖੇ ਜੀ, ਅਤੇ ਸਾਡੀ ਇਹ ਹੀ ਹੈ ਜੀ ਸ਼ਮੇਲ ਚੌਧਰੀ, ਜ਼ਬਰਦਸਤ ਜੀ, ਤੁਹਾਡਾ ਇੰਤਜ਼ਾਰ ਸੀ ਸਾਨੂੰ, ਤੁਹਾਨੂੰ ਵੀ ਅਸੀਂ ਬਸ ਨਾ ਫੋਨ ਕਰਨਾ ਹੀ, ਇੱਕ ਪਟੀਕ ਪਾਣੀ ਹੈ ਤੁਹਾਨੂੰ ਵੀ ਅਸੀਂ, ਅਤੇ ਬਸ ਨਾ ਛੇਤੀ ਤੁਹਾਡੇ ਨਾਲ ਵੀ ਰਾਬਤਾ ਕਰਨ ਵਾਲੇ ਹਾਂ ਸ਼ਮੇਲ ਭਾਈ ਅਸੀਂ ਇਨਸ਼ਾਅੱਲਾ, ਠੀਕ ਹੈ ਜੀ। ਸਲਾਮ ਵਾਲੇਕੁਮ ਜੀ, ਸਾਰੇ ਭਾਈ ਅੱਛੇ ਤੋਂ ਅੱਛਾ ਸ਼ੌਕ ਕਰੋ ਜੀ, ਸਰਦੀਆਂ ਦਾ ਮੌਸਮ ਹੈ, ਆਪਣੇ ਕਬੂਤਰਾਂ ਦਾ ਖਿਆਲ ਕਰੋ ਜੀ, ਪਾਣੀ ਦਾ, ਦਾਣੇ ਦਾ, ਠੀਕ ਹੈ ਜੀ, ਤਾਂ ਕਿ ਇੰਨੀ ਅੱਛੀ ਅੱਛੀਆਂ ਨਸਲਾਂ ਸਾਂਭ ਕੇ ਰੱਖੀਆਂ ਹੁੰਦੀਆਂ ਨੇ, ਅਤੇ ਥੋੜ੍ਹੀ ਜੀ ਮਿਸਟੇਕ ਤੋਂ, ਲਾਪਰਵਾਹੀ ਤੋਂ ਕਬੂਤਰ ਖਰਾਬ ਹੋ ਜਾਣ, ਜ਼ਾਇਆ ਹੋ ਜਾਣ,
ਤੇ ਫਾਇਦਾ ਨਹੀਂ ਜੀ ਕੋਈ। ਠੀਕ ਹੈ ਜੀ, ਇਸ ਲਈ ਦਾਣੇ ਪਾਣੀ ਦਾ ਮੁੱਢ ਧੁੰਦ ਪੈਂਦੀ ਹੈ ਜੀ, ਅਤੇ ਖਾਸ ਖਿਆਲ ਰੱਖੋ ਵੈਕਸੀਨ ਹਰ ਚੀਜ਼ ਦਾ, ਤਾਂ ਕਿ ਭਾਈ ਸ਼ੌਕ ਅੱਛੇ ਤੋਂ ਅੱਛਾ ਹੋਏ। ਠੀਕ ਹੈ ਜੀ, ਉਮਰ ਫਰੂਕ ਸਲਹਿਰੀਏ ਦੀ ਤਰਫੋਂ ਲਾਲ ਹਵੇਲੀ ਕਲੱਬ, ਸਲਾਮ ਅਲੈਕੁਮ ਜੀ।